ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਹਕਾਰ ਰਚਨਾ ਚੰਡੀ ਦੀ ਵਾਰ ਬਾਰੇ ਵਿਸਤਾਰ ਸਹਿਤ ਪੜਾਂਗੇ ਤੇ ਚਲੋ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਾਰੇ ਜਾਣਦੇ ਹੋ ਇਹਨਾਂ ਬਾਰੇ ਠੀਕ ਹੈ ਇਹਨਾਂ ਦਾ ਜਨਮ ਤੇ ਮਾਤਾ ਪਿਤਾ ਦੇਖੋ ਜਨਮ ਇਹਨਾਂ ਦਾ 1666 ਈਸਵੀ ਵਿੱਚ ਹੋਇਆ ਪਟਨਾ ਸਾਹਿਬ ਵਿਖੇ ਹੋਇਆ ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਤੇ ਇਹ ਸਿੱਖਾਂ ਦੇ ਦਸਵੇਂ ਗੁਰੂ ਤੇ ਗੁਰਗੱਦੀ ਪ੍ਰਾਪਤੀ ਦਾ ਸਮਾਂ ਇਹਨਾਂ ਦਾ ਸੰਨ 1675 ਈਸਵੀ ਜਦੋਂ ਕਿ ਇਹਨਾਂ ਦੀ ਉਮਰ ਉਦੋਂ ਸਿਰਫ 9 ਸਾਲ ਦੀ ਸੀ ਤੇ ਉਦੋਂ ਇਹ ਗੁਰਗੱਦੀ ਤੇ ਬੈਠੇ ਵੀ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ ਸੀ 1675 ਈਸਵੀ ਦੇ ਵਿੱਚ ਤੇ ਉਦੋਂ ਇਹਨਾਂ ਨੂੰ ਗੁਰਗੱਦੀ ਮਿਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੰਗਜੀਵ ਨੇ ਇਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਚ ਇਹ ਗੁਰਗੱਦੀ ਤੇ ਬੈਠੇ ਤੇ ਇਹਨਾਂ ਦੀ ਸ਼ਹੀਦੀ ਆ ਜਿਹੜੀ ਉਹ ਸਿੱਖ ਕੌਮ ਨੂੰ ਦੀ ਜ਼ਿੰਦਗੀ ਤੇ ਅਣਖ ਉੱਤੇ ਭਾਰੀ ਚੋਟ ਸਮਝ ਕੇ ਸਿੱਖ ਪੰਥ ਨੂੰ ਇਹਨਾਂ ਨੇ ਇੱਕ ਸੈਨਿਕ ਜਥੇਬੰਦੀ ਦੇ ਰੂਪ ਵਿੱਚ ਸੰਗਠਿਤ ਕਰਨ ਦਾ ਹਰ ਸੰਭਵ ਯਤਨ ਕੀਤਾ ਤੇ ਆਪ ਦੀ ਵੀਰਤਾ ਤੇ ਸੈਨਿਕਤਾ ਦੇ ਹੁਨਰਾਂ ਵਿੱਚ ਪ੍ਰਵੀਨਤਾ ਪ੍ਰਾਪਤ ਕੀਤੀ ਇਹਨਾਂ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਚ ਖਾਲਸਾ ਪੰਥ ਦੀ ਸਥਾਪਨਾ ਕੀਤੀ 1699 ਈਸਵੀ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਠੀਕ ਹੈ ਅਨੰਦਪੁਰ ਦਾ ਕਿਲਾ ਛੱਡਿਆ 1704 ਈਸਵੀ ਦੇ ਵਿੱਚ ਤੇ ਕਿਲਾ ਛੱਡਣ ਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਦੇਖੋ ਚਾਰ ਸ਼ਹਿਬਜ਼ਾਦੇ ਤੇ ਨਾਲ ਮਾਤਾ ਜੀ ਸ਼ਹੀਦ ਹੋ ਗਏ ਸੀ ਪਰ ਫਿਰ ਵੀ ਇਹਨਾਂ ਨੇ ਆਪ ਦਾ ਕਰਤੱਵ ਨਹੀਂ ਸੀ ਛੱਡਿਆ ਤੇ ਜੋਤੀ ਜੋਤ ਸਮਾਉਣ ਦਾ ਸਮਾਂ ਇਹਨਾਂ ਦਾ ਸੰਨ 1708 ਈਸਵੀ 1708 ਈਸਵੀ ਦੇ ਵਿੱਚ ਬਹਾਦਰ ਸ਼ਾਹ ਦੇ ਨਾਲ ਆਪ ਨੰਢੇੜ ਤੱਕ ਗਏ ਤੇ ਉਸ ਤੋਂ ਬਾਅਦ ਚ ਫਿਰ ਜੋਤੀ ਜੋਤ ਸਮਾ ਗਏ ਸੀਗੇ ਤੇ ਇਸ ਤੋਂ ਬਾਅਦ ਜਿਹੜੀ ਗੁਰਗੱਦੀ ਸੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ ਸੀਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਹਨਾਂ ਦੇ ਜੀਵਨ ਦੇ ਬਾਰੇ ਥੋੜੀਆਂ ਜੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਸੀ ਕਿਉਂਕਿ ਇਹ ਵੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਕਿ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਯਾਦ ਰੱਖਣਾ ਠੀਕ ਹੈ ਅੱਗੇ ਗੁਰੂ ਗੋਬਿੰਦ ਸਿੰਘ ਜੀ ਸੀ ਦੇਖੋ ਜਿਹੜੇ ਉਹ ਇੱਕ ਮਹਾਨ ਯੋਧੇ ਸੈਨਾਪਤੀ ਧਾਰਮਿਕ ਆਗੂ ਸਮਾਜ ਸੁਧਾਰਕ ਤੇ ਆਤਮਦਰਸ਼ੀ ਮਹਾਪੁਰਖ ਹੋਣ ਦੇ ਨਾਲ ਨਾਲ ਉਹ ਇੱਕ ਉੱਚ ਕੋਟੀ ਦੇ ਕਵੀ ਤੇ ਸਾਹਿਤ ਰਸੀਏ ਵੀ ਸੀਗੇ ਕਿਉਂਕਿ ਇਹਨਾਂ ਦੇ ਕਹਿੰਦੇ ਵੀ ਦਰਬਾਰ ਦੇ ਵਿੱਚ 52 ਕਵੀ ਸੀਗੇ 52 ਕਵੀ ਦਰਬਾਰ 'ਚ ਸੀਗੇ ਇਹਨਾਂ ਦੇ ਵਿੱਚ ਠੀਕ ਹੈ ਸ਼ਿਰਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਤੇ ਇਹਨਾਂ ਦਰਬਾਰੀ ਕਵੀਆਂ ਦੀ ਸਹਾਤ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਸਾਹਿਤ ਸੀ ਜਿਹੜਾ ਉਹ ਇਕੱਠਾ ਕੀਤਾ ਪਰ ਸਾਰੀ ਉਮਰ ਜੰਗਾ ਯੁੱਧਾਂ ਦੇ ਵਿੱਚ ਲੱਗੇ ਹੋਣ ਕਰਕੇ ਬਹੁਤ ਸਾਰਾ ਰਚਿਆਵਾ ਸਾਹਿਤ ਸੀ ਜਿਹੜਾ ਉਹ ਨਸ਼ਟ ਹੋ ਗਿਆ ਇਹਨਾਂ ਦਾ ਇਸ ਤੋਂ ਬਿਨਾ ਜਿਹੜੀਆਂ ਰਚਨਾਵਾਂ ਆਪਾਂ ਨੂੰ ਮਿਲਦੀਆਂ ਉਹਨਾਂ ਬਾਰੇ ਦੇਖੋ ਮੈਂ ਇੱਥੇ ਲਿਖਿਆ ਵੀ ਆਪਨੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਚੰਡੀ ਦੀ ਵਾਰ ਤੇ ਇੱਕ ਸ਼ਬਦ ਮਿੱਤਰ ਪਿਆਰੇ ਨੂੰ ਠੀਕ ਹੈ ਇਹਨਾਂ ਨੇ ਪੰਜਾਬੀ ਵਿੱਚ ਮਿਲਦੇ ਆ ਸਾਨੂੰ ਤੇ ਜਾਪ ਸਾਹਿਬ ਚਿਤ੍ਰਨਾਟਕ ਅਕਾਲ ਉਸਤਤ ਚੰਡੀ ਚరిత్ర ਸ਼ਾਸਤਰਨਾਮਾ ਤੇ ਹੋਰ ਬਹੁਤ ਸਾਰੇ ਸ਼ਬਦ ਸਵਈਏ ਤੇ ਗੋਵਿੰਦ ਗੀਤਾ ਜਿਹੜੀ ਉਹ ਸਾਨੂੰ ਬ੍ਰਜ ਭਾਸ਼ਾ ਦੇ ਵਿੱਚ ਮਿਲਦੀ ਹੈ ਇਹਨਾਂ ਦੀ ਬ੍ਰਜ ਭਾਸ਼ਾ ਦੇ ਵਿੱਚ ਦੇਖੋ ਪੰਜਾਬੀ ਭਾਸ਼ਾ ਦੇ ਵਿੱਚ ਚੰਡੀ ਦੀ ਵਾਰ ਤੇ ਮਿੱਤਰ ਪਿਆਰੇ ਨੂੰ ਇਦੂ ਵੀ ਨਾ ਫਾਰਸੀ ਦੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮਾ ਤੇ ਇਕਾਇਤਾਂ ਜਿਹੜੀਆਂ ਉਹ ਸ਼ਾਮਿਲ ਇਹ ਫਾਰਸੀ ਭਾਸ਼ਾ ਦੇ ਵਿੱਚ ਮਿਲੀਆਂ ਸਾਨੂੰ ਠੀਕ ਹੈ ਮਿਲਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੇਖਾਂਵਾਂ ਇਹਨਾਂ ਰਚਨਾਵਾਂ ਬਾਰੇ ਤੇ ਇਹਨਾਂ ਦੇ ਜਨਮ ਬਾਰੇ ਤੇ ਜੋ ਵੀ ਗੱਲਾਂ ਮੈਂ ਤੁਹਾਨੂੰ ਉੱਪਰ ਦੱਸੀਆਂ ਉਹਨਾਂ ਸਾਰੀਆਂ ਬਾਰੇ ਵੀ ਕੋਈ ਨਾ ਕੋਈ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਇਸ ਕਰਕੇ ਤੁਹਾਨੂੰ ਜਸਟ ਨੌਲੇਜ ਦੇਣ ਵਾਸਤੇ ਹੈ ਇਸ ਤੋਂ ਬਾਅਦ ਚ ਬਿਨਾ ਆਪਾਂ ਸਿਰਫ ਕੀ ਹੈ ਪੜਨਾ ਕੀ ਹੈ ਚੰਡੀ ਦੀ ਵਾਰ ਬਾਰੇ ਚੰਗੀ ਤਰ੍ਹਾਂ ਪੜਾਂਗੇ ਚੰਡੀ ਦੀ ਵਾਰ ਦੇ ਵਿੱਚ ਜਿਹੜੇ ਜਿਹੜੇ ਸ਼ਬਦ ਵਰਤੇ ਗਏ ਕਿਹੜੇ ਰਾਸ ਵਰਤੇ ਗਏ ਕਿੰਨੇ ਛੰਦ ਵਰਤੇ ਗਏ ਉਹ ਸਾਰਾ ਆਪਾਂ ਵਿਸਥਾਰ ਸਹਿਤ ਪੜਦੇ ਆਂ ਚੰਡੀ ਦੀ ਵਾਰ ਦੇ ਮੰਗਲਾ ਚਰਨ ਵਿੱਚ ਭਗੋਤੀ ਤੋਂ ਭਾਵ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਭਗੋਤੀ ਸ਼ਬਦ ਆਉਂਦਾ ਪ੍ਰਥਮ ਭੋਗਤੀ ਸਿਮਰ ਕੇ ਗੁਰੂ ਨਾਨਕ ਲਏ ਧਿਆਏ ਠੀਕ ਹੈ ਦਸਾਂ ਗੁਰੂਆਂ ਦੇ ਨਾਮ ਇਹਦੇ ਵਿੱਚ ਆਉਂਦੇ ਆ ਤਾਂ ਭਗੋਤੀ ਸ਼ਬਦ ਆਉਂਦਾ ਤਾਂ ਉਹਦੇ ਬਾਅਦ ਇਹ ਬਾਰੇ ਜਿਹੜਾ ਜ਼ਿਕਰ ਹੈ ਉਹ ਦੇਖੋ ਜਿਵੇਂ ਚੰਡੀ ਦੀ ਵਾਰ ਦੇ ਮੰਗਲਾ ਚਰਨ ਦੇ ਆਰੰਭ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਗੋਤੀ ਦਾ ਜ਼ਿਕਰ ਕੀਤਾ ਗਿਆ ਅੱਗੇ ਉਹਦਾ ਅਰਥ ਦੱਸੂਗੀ ਮੈਂ ਵੈਸੇ ਕੁਝ ਵਿਦਵਾਨ ਤਾਂ ਕਹਿੰਦੇ ਭੋਗਤੀ ਦਾ ਅਰਥ ਦੇਵੀ ਤੋਂ ਕਰਦੇ ਹਨ ਪਰ ਇਹ ਵਿਚਾਰ ਠੀਕ ਨਹੀਂ ਵੀ ਦੇਵੀ ਸ਼ਬਦ ਨਹੀਂ ਵਰਤਿਆ ਜਾਂਦਾ ਇੱਥੇ ਕਿਉਂਕਿ ਗੁਰੂ ਜੀ ਨੇ ਉਸ ਸਮੇਂ ਦੇ ਰੌ ਰੀਤ ਨੂੰ ਸੁਰਜੀਤ ਰੱਖਣ ਦੇ ਲਈ ਵਿਜੋਂ ਦਾ ਰੱਖਣ ਦੇ ਲਈ ਇਸ ਵਾਰ ਦੇ ਆਰੰਭ ਵਿੱਚ ਭਗਤੀ ਹੈ ਜਿਹੜਾ ਉਹ ਅਕਾਲ ਪਛਕਤੀ ਦੀ ਉਸਤਤੀ ਕੀਤੀ ਹੈ ਅਕਾਲ ਸ਼ਕਤੀ ਜعنی ਉਸ ਪ੍ਰਮਾਤਮਾ ਦੀ ਸ਼੍ਰੀ ਭਗੋਤਤੀ ਜੀ ਸਹਾਇ ਇਸ ਵਾਰ ਦੇ ਆਰੰਭ ਵਿੱਚ ਹੀ ਨਹੀਂ ਸਗੋ ਗਿਆਨ ਪ੍ਰਵੰਧ ਦੇ ਆਰੰਭ ਵਿੱਚ ਵੀ ਹੈ ਤੇ ਇਸ ਤੋਂ ਬਿਨਾ ਬਚਿੱਤਰ ਨਾਟਕ ਦੀ ਪੁਸ਼ਟੀ ਵੀ ਇਸ ਤੋਂ ਹੁੰਦੀ ਹੈ ਠੀਕ ਹੈ ਗਿਆਨ ਬਚਿੱਤਰ ਨਾਟਕ ਤੇ ਗਿਆਨ ਪ੍ਰਵੰਧ ਦੋਨਾਂ ਦੇ ਵਿੱਚ ਕੀ ਹੈ ਪੋਗਤੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਆਉਂਦਾ ਹੈ ਵੀ ਠੀਕ ਹੈ ਬਚਿੱਤਰ ਨਾਟਕ ਦੇ ਵਿੱਚ ਵੀ ਪੋਗਤੀ ਸ਼ਬਦ ਹੈ ਜਿਹੜਾ ਉਹ ਵਰਤਿਆ ਗਿਆ। ਤੇ ਇਹ ਸ਼ਬਦ ਕੇਵਲ ਇਸਤਰੀ ਲਿੰਗ ਨਹੀਂ ਸਗੋਂ ਪੁਲਿੰਗ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ। ਜਿਵੇਂ ਬਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਧਰਮ ਦਾ ਕਾਰਜ ਕਰਨ ਲਈ ਹੀ ਇਸ ਸੰਸਾਰ ਵਿੱਚ ਆਏ ਹਨ ਤੇ ਧਰਮ ਦਾ ਕਾਰਜ ਕਰਨ ਵਾਲਾ ਹਰੇਕ ਵਿਅਕਤੀ ਪਹਿਲਾਂ ਅਕਾਲ ਪੁਰਖ ਦਾ ਨਾਮ ਲੈਂਦਾ ਹੈ। ਗੁਰੂ ਜੀ ਨੇ ਵੀ ਅਜਿਹਾਈ ਕੀਤਾ ਉਹਨਾਂ ਅਕਾਲ ਪੁਰਖ ਅਗੇ ਆराधना ਕੀਤੀ ਹੈ ਕਿ ਉਹ ਉਹਨਾਂ ਨੂੰ ਇਹ ਸ਼ਕਤੀ ਦੇਵੇ ਕਿ ਉਹ ਧਰਮ ਦੇ ਕਾਰਜ ਨੂੰ ਪੂਰਾ ਕਰ ਸਕਣ ਠੀਕ ਹੈ ਤੇ ਅੰਤ ਵਿੱਚ ਅਸੀਂ ਇਹੀ ਆਖ ਸਕਦੇ ਹਾਂ ਵੀ ਚੰਡੀ ਦੀ ਵਾਰ ਦਾ ਜਿਹੜਾ ਮੰਗਲਾ ਚਾਰਨ ਹੈ ਉਹ ਭਗਉਤੀ ਸ਼ਬਦ ਅਕਾਲ ਪੁਰਖ ਦੇ ਲਈ ਵਰਤਿਆ ਗਿਆ ਤਾਂ ਕਿਹਦੇ ਲਈ ਵਰਤਿਆ ਗਿਆ ਇੱਥੇ ਆਪਾਂ ਮੈਂ ਤੁਹਾਨੂੰ ਲਿਖ ਕੇ ਦੱਸ ਦਿੰਨੀ ਆ ਅਕਾਲ ਪੁਰਖ ਦੇ ਲਈ ਵਰਤਿਆ ਭਗਉਤੀ ਸ਼ਬਦ ਠੀਕ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਆ ਗਿਆ ਉਸ ਤੋਂ ਬਾਅਦ ਆ ਗਿਆ ਚੰਡੀ ਦੀ ਵਾਰ ਵਿੱਚ ਮਿਲਦਾ ਨਾਇਕਾ ਦਾ ਜਸ ਤੇ ਕਾਵਿਕ ਨਿਆ ਚੰਡੀ ਦੀ ਵਾਰ ਦੇ ਵਿੱਚ ਦੋਨੋਂ ਚੀਜ਼ਾਂ ਮਿਲਦੀਆਂ ਕਾਵਿਕ ਨਿਆ ਵੀ ਮਿਲਦਾ ਤੇ ਨਾਇਕਾ ਦਾ ਜਸ ਨਾਇਕਾ ਦੁਰਗਾ ਦੇਵੀ ਨੂੰ ਕਿਹਾ ਗਿਆ ਕਿਉਂਕਿ ਇਸ ਦੇ ਵਿੱਚ ਨਾਇਕਾ ਹੈ ਨਾਇਕ ਨਹੀਂ ਹੈਗਾ ਨਾਇਕਾ ਵਰਤਨ ਹੈਗੀ ਆ ਠੀਕ ਹੈ ਚੰਡੀ ਦੀ ਵਾਰ ਦੀ ਨਾਇਕਾ ਦੁਰਗਾ ਦੇਵੀ ਹੈ ਠੀਕ ਹੈ ਤੇ ਉਸ ਦੇ ਵਿਰੋਧੀ ਹੈ ਜਿਹੜੇ ਉਹ ਦੈਨਤ ਹਨ ਠੀਕ ਹੈ ਤੇ ਵਾਰ ਵਿੱਚ ਜਿੱਥੇ ਨਾਇਕਾ ਦਾ ਜਸ ਗਾਇਨ ਕੀਤਾ ਗਿਆ ਕਹਿੰਦੇ ਉੱਥੇ ਦੈਨਤਾਂ ਦੀ ਵੀਰਤਾ ਨੂੰ ਦਰਸਾ ਕੇ ਕਾਵਨਿਆਂ ਤੋਂ ਵੀ ਕੰਮ ਲਿਆ ਗਿਆ ਨਾਗਰਿਕ ਕਾਵਿਕ ਨਿਆਇ ਦਾ ਪਹਿਲਾ ਹੈਡਿੰਗ ਦੇ ਵਿੱਚ ਲਿਖਿਆ ਦੇਖੋ ਕਾਰਨਾ ਨਿਆ ਤੋਂ ਵੀ ਕੰਮ ਲਿਆ ਗਿਆ ਕਿਉਂਕਿ ਦੈਂਤਾਂ ਦੀ ਵੀਰਤਾ ਨੂੰ ਵੀ ਇਹਨਾਂ ਨੇ ਓਨਾ ਹੀ ਦਰਸਾਇਆ ਜਿੰਨਾ ਕਿ ਦੁਰਗਾ ਦੇਵੀ ਨੂੰ ਤੇ ਦੁਰਗਾ ਦੇਵੀ ਦੀ ਪ੍ਰਸ਼ੰਸਾ ਦੇ ਵਿੱਚ ਇਹਨਾਂ ਨੇ ਦੇਖੋ ਕਈ ਥਾਵਾਂ ਤੇ ਇਸ ਤਰ੍ਹਾਂ ਕੀਤੀ ਹੈ ਜਿਵੇਂ ਮੈਂ ਇੱਥੇ ਲਿਖਿਆ ਨਹੀਂ ਹੈਗਾ ਪਰ ਬੋਲ ਕੇ ਤੁਹਾਨੂੰ ਦੱਸ ਦਿੰਨੀ ਆ ਜਿਵੇਂ ਸੱਟ ਪਈ ਜੰਤਾਨੀ ਦਲਾ ਮੁਕਾਬਲਾ ਤੂੰ ਲਈ ਕਿਰਪਾਨੀ ਦੁਰਗਾ ਮਯਾਂਤੀ ਚੰਡੀ ਰਾਖਸ਼ ਖਾਣੀ ਵਾਹੀ ਦੈਂਤ ਨੂੰ ਕੋਪਰ ਚੂਰ ਜਵਾਨੀ ਲੱਥੀ ਕਰਾ ਲੈ ਠੀਕ ਹੈ ਤੇ ਇਸ ਦੇ ਵਿੱਚ ਦੇਖੋ ਇਹ ਦੂਬਿਨਾ ਕੀ ਹੈ ਜਿੱਥੇ ਵੀ ਕਿਤੇ ਦੇਵੀ ਦੁਰਗਾ ਦਾ ਵਰਨਨ ਮਿਲਦਾ ਤੇ ਉਸ ਨੂੰ ਬਹੁਤ ਹੀ ਵੀਰ ਵਿਖਾਇਆ ਗਿਆ ਇਹ ਪੂਰੀ ਵੀਰਤਾ ਦੇ ਨਾਲ ਦਿਖਾਇਆ ਗਿਆ ਉਹਨਾਂ ਨੂੰ ਦੁਰਗਾ ਦੇਵੀ ਨੂੰ ਅੱਗੇ ਦੇਖੋ ਵਾਰ ਦੀ ਇੱਕ ਲੋੜ ਕਾਵਨਿਆ ਵੀ ਹੁੰਦੀ ਹੈ ਇੱਥੇ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਕਾਵਨਿਆ ਹੁੰਦੀ ਹੈ ਤੇ ਬਾਹਰ ਲਿਖਣ ਵਾਲੇ ਦਾ ਇਹ ਫਰਜ਼ ਬਣਦਾ ਕਿ ਵੈਰੀ ਦੀ ਵੀਰਤਾ ਨੂੰ ਵੀ ਉਸੇ ਉਤਸ਼ਾਹ ਨਾਲ ਚਿੱਤਰੇ ਜਿਸ ਉਤਸ਼ਾਹ ਨਾਲ ਨਾਇਕ ਦੀ ਵੀਰਤਾ ਨੂੰ ਚਿੱਤਰਦਾ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਜਿਵੇਂ ਇਹ ਇੱਕ ਕਾਵਨਿਆ ਜਿਹੜਾ ਇਹ ਵਾਰ ਦੀ ਇੱਕ ਲੋੜ ਹੈ ਤੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋਨੋਂ ਲੋੜਾਂ ਨੂੰ ਪੂਰਾ ਕੀਤਾ ਦੇਖੋ ਉਹਨਾਂ ਨੇ ਕਾਵਿਕ ਨਿਆ ਦੇ ਹਿਸਾਬ ਨਾਲ ਵੈਰੀ ਦੀ ਵੀਰਤਾ ਨੂੰ ਵੀ ਉਨੇ ਹੀ ਉਤਸ਼ਾਹ ਦੇ ਨਾਲ ਚਿਤ੍ਰ ਹੈ ਵੀ ਵੈਰੀ ਨੂੰ ਵੀ ਉਨਾ ਹੀ ਜ਼ਿਆਦਾ ਵੀਰ ਦਿਖਾਇਆ ਜਿਵੇਂ ਦੇਖੋ ਦੰਤਾਂ ਦੀ ਵੀਰਤਾ ਨੂੰ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਲੱਖ ਨਜ਼ਾਰੇ ਵੱਜਨ ਆਮੋ ਸਾਹਮਣੇ ਰਾਖਸ਼ਰਨ ਉਹਨਾਂ ਭਜਨ ਰੋਹੇ ਰੋਹੇਲੇ ਸਿੰਘਾਂ ਵਾਂਗੂ ਗੱਜਨ ਸੱਬੇ ਸੂਰਮੇ ਤੰਤਨ ਕੈਬਰ ਛੱਡਨ ਦੁਰਗਾ ਸਾਹਮਣੇ ਦੇਖੋ ਕਿੰਨੇ ਆਮੋ ਸਾਹਮਣੇ ਸਾਰੇ ਪਾਸੇ ਲੱਖ ਨਗਾਰੇ ਵੱਜ ਰਹੇ ਆ ਪਰ ਜਿਹੜੇ ਰਾਖਸ਼ਾ ਉਹ ਰਣੋਂ ਨਹੀਂ ਭੱਜ ਰਹੇ ਰਣੋਂ ਜਣੀ ਜਿਹੜੀ ਰਣ ਭੂਮੀ ਆ ਉਹਦੇ ਵਿੱਚੋਂ ਨਹੀਂ ਭੱਜ ਰਹੇ ਸ਼ੀਹਾ ਵਾਂਗੂ ਗੱਜਨ ਸੱਬੇ ਸੂਰਮੇ ਸ਼ੀਹਾ ਕੀ ਸ਼ੇਰਾਂ ਵਾਂਗੂ ਜਾਨੀ ਸਾਰੇ ਸੂਰਮੇ ਬਣਾਏ ਹੋਏ ਇੱਥੇ ਉਹਨਾਂ ਨੇ ਠੀਕ ਹੈ ਤੇ ਤਨ ਤਨ ਕੈਬਰ ਕੈਬਰ ਹੁੰਦੇ ਆ ਤੀਰ ਤੀਰਾਂ ਨੂੰ ਛੱਡਦੇ ਆ ਦੁਰਗਾ ਦੇ ਸਾਹਮਣੇ ਇਸ ਕਰਕੇ ਇੱਥੇ ਕੀ ਆ ਕਾਵਨਿਆ ਵੀ ਇਹਦੇ ਵਿੱਚ ਕੀਤਾ ਗਿਆ ਕਿਉਂਕਿ ਇੱਥੇ ਉਹਨਾਂ ਦੀ ਵੀ ਪੂਰੀ ਵੀਰਤਾ ਦਿਖਾਈ ਗਈ ਹੈ ਇਹ ਚੰਡੀ ਦੀ ਵਾਰ ਦੇ ਮੁੱਖ ਉਦੇਸ਼ ਮੁੱਖ ਉਦੇਸ਼ ਕੀ ਸੀਗਾ ਵੀ ਜਾਨੀ ਇਹਨੂੰ ਲਿਖਣ ਦਾ ਕੀ ਕਾਰਨ ਸੀ ਵੀ ਕਹਿੰਦੇ ਆ ਵੀ ਉਸ ਸਮੇਂ ਦੇ ਵਿੱਚ ਪ੍ਰਾਨ ਰਮਾਇਣ ਮਹਾਭਾਰਤ ਦੀ ਪਾਠ ਪੂਜਾ ਆਦਿ ਦਿਖਾਵੇ ਦੇ ਸਾਧਨ ਬਣ ਕੇ ਰਹਿ ਗਏ ਸੀਗੇ ਤੇ ਲੋਕਾਂ ਦਾ ਇਹ ਵਿਚਾਰ ਫੈਲ ਚੁੱਕਿਆ ਸੀ ਉਹਨਾਂ ਨੂੰ ਵੀ ਜੇ ਇਹਨਾਂ ਦਾ ਪਾਠ ਕਰਾਂਗੇ ਤਾਂ ਹੀ ਮੁਕਤੀ ਪ੍ਰਾਪਤ ਹੋਊਗੀ ਤੇ ਅਮਲ ਦੇ ਪੱਖ ਤੋਂ ਲੋਕ ਸੀ ਜਿਹੜੇ ਉਹ ਬਿਲਕੁਲ ਅਵੇਸਲੇ ਹੋ ਗਏ ਸੀ ਤੇ ਉਹਨਾਂ ਨੇ ਪ੍ਰਾਣਿਕ ਸਹਿਤ ਨੂੰ ਭਾਰਤੀ ਕੌਮ ਵਿੱਚ ਜੋਸ਼ ਸੰਗਠਨ ਤੇ ਸਤੰਤਰਤਾ ਪ੍ਰਾਪਤੀ ਦਾ ਮਾਧਿਅਮ ਬਣਾਉਣ ਲਈ ਸੋਚਿਆ ਕਿੰਨਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੰਨਾ ਸਾਰਿਆਂ ਨੂੰ ਸੁਤੰਤਰਤਾ ਪ੍ਰਾਪਤੀ ਦਾ ਮਾਧਿਅਮ ਬਣਾਇਆ ਤੇ ਇਸੇ ਉਦੇਸ਼ ਦੀ ਪੂਰਤੀ ਦੇ ਨਾਲ ਮਾਰਕੰਡੇ ਵਿੱਚੋਂ ਕਥਾ ਵਸਤੂ ਲੈ ਕੇ ਠੀਕ ਹੈ ਅੱਗੇ ਦੱਸੂਗੀ ਮੈਂ ਤੁਹਾਨੂੰ ਵੀ ਕਿਹੜੇ ਮਾਰਕੰਡੇ ਪੁਰਾਨ ਦੇ ਵਿੱਚੋਂ ਕਿੱਥੋਂ ਲਈ ਗਈ ਹੈ ਇਹ ਕਥਾ ਵਸਤੂ ਲੈ ਕੇ ਇਹਨਾਂ ਨੇ ਚੰਡੀ ਦੀ ਵਾਰ ਦੇ ਰੂਪ ਵਿੱਚ ਇਹਨੂੰ ਪੇਸ਼ ਕੀਤਾ ਤੇ ਇਸ ਤਰ੍ਹਾਂ ਉਹਨਾਂ ਨੇ ਸੁੱਤੇ ਹੋਏ ਸਮਾਜ ਨੂੰ ਜਗਾਇਆ ਤੇ ਲੋਕਾਂ ਦੇ ਵਿੱਚ ਉਤਸ਼ਾਹ ਭਰਿਆ ਇਹ ਉਹਨਾਂ ਦਾ ਮੁੱਖ ਉਦੇਸ਼ ਸੀਗਾ ਲੋਕਾਂ ਦੇ ਵਿੱਚ ਉਤਸ਼ਾਹ ਭਰਨਾ ਤੇ ਵਹਿਮ ਭਰਮ ਨੂੰ ਤੋਂ ਉਹਨਾਂ ਨੂੰ ਬਾਹਰ ਕੱਢਣਾ ਤੇ ਇਸ ਵਿੱਚ ਜਿਵੇਂ ਦੇਖੋ ਸ਼ੁਰੂ ਤੋਂ ਹੀ ਇਸ ਸੰਸਾਰ ਵਿੱਚ ਨੇਕੀ ਤੇ ਬਦੀ ਦੋ ਵਿਰੋਧੀ ਧਾਰਨਾਵਾਂ ਹੋਣ ਦੇ ਵਿੱਚ ਆਈਆਂ ਹਨ ਠੀਕ ਹੈ ਨੇਕੀ ਤੇ ਬਦੀ ਬਰਾਬਰ ਬਰਾਬਰ ਚੱਲਦੀਆਂ ਹਨ ਪਹਿਲਾਂ ਬਦੀ ਹੈ ਜਿਹੜੀ ਉਹ ਨੇਕੀ ਉੱਪਰ ਹਾਵੀ ਹੁੰਦੀ ਹੈ ਤੇ ਉਹ ਨੇਕੀ ਨੂੰ ਦਬਾ ਲੈਂਦੀ ਹੈ ਤੇ ਪਰ ਅੰਤ ਵਿੱਚ ਜਿੱਤ ਕਿਹਦੀ ਹੁੰਦੀ ਹੈ ਨੇਕੀ ਦੀ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਜੀ ਨੇ ਇਸੇ ਉਦੇਸ਼ ਨੂੰ ਵੀ ਮੁੱਖ ਰੱਖ ਕੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ ਤੇ ਇਸੇ ਉਹਨਾਂ ਨੇ ਸਮੇਂ ਦੀ ਹਕੂਮਤ ਨੂੰ ਦੈਂਤਾਂ ਦੇ ਰੂਪ ਵਿੱਚ ਪੇਸ਼ ਕੀਤਾ ਠੀਕ ਹੈ ਜਿਹੜੀ ਉਸ ਸਮੇਂ ਦੇ ਰਾਜੇ ਮਹਾਰਾਜੇ ਸੀ ਹਕੂਮਤ ਸੀ ਉਹਨਾਂ ਨੂੰ ਦੇਵਤਾਂ ਦੇ ਰੂਪ ਚ ਜਾਨੀ ਵਦੀ ਦੇ ਰੂਪ ਦੇ ਵਿੱਚ ਪੇਸ਼ਟ ਕੀਤਾ ਤੇ ਅਤਿਆਚਾਰਾਂ ਦਾ ਸ਼ਿਕਾਰ ਹੋਈ ਜਨਤਾ ਨੂੰ ਦੇਵਤਿਆਂ ਦੇ ਰੂਪ ਵਿੱਚ ਠੀਕ ਹੈ ਤੇ ਇਹਦੇ ਵਿੱਚ ਕੀ ਉਹਨਾਂ ਨੇ ਪ੍ਰਸ਼ਾਰਥ ਨੂੰ ਚੰਡੀ ਦੀ ਪ੍ਰਤੀਕ ਰਾਂਹੇ ਉਭਾਰ ਕੇ ਅਤਿਆਚਾਰ ਦੀ ਸ਼ਿਕਾਰ ਜਨਤਾ ਨੂੰ ਅਤਿਆਚਾਰੀ ਹਕੂਮਤ ਦੇ ਵਿਰੁੱਧ ਤਿਆਰ ਕਰਕੇ ਖੜਾ ਕੀਤਾ ਤਾਂ ਕਿ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਸਕੇ ਠੀਕ ਹੈ ਇਹ ਉਹਨਾਂ ਦਾ ਮੁੱਖ ਉਦੇਸ਼ ਸੀਗਾ ਉਸ ਤੋਂ ਬਾਅਦ ਆ ਗਿਆ ਚੰਡੀ ਦੀ ਵਾਰ ਵਿੱਚ ਦਿੱਤੇ ਮਿਥਿਹਾਸਿਕ ਹਵਾਲਿਆਂ ਦਾ ਵਰਣਨ ਮਿਥਿਹਾਸਿਕ ਹਵਾਲੇ ਕਿਹੜੇ ਹੁੰਦੇ ਆ ਜਿਨ੍ਹਾਂ ਦਾ ਕਿ ਸਾਡੇ ਕੋਲੇ ਕੋਈ ਲਿਖਤੀ ਰਿਕਾਰਡ ਨਹੀਂ ਹੁੰਦਾ ਉਹਨਾਂ ਨੂੰ ਮਿਥਿਹਾਸ ਕਿਹਾ ਜਾਂਦਾ ਤੇ ਇਤਿਹਾਸ ਹੁੰਦਾ ਜਿਨ੍ਹਾਂ ਦਾ ਸਾਡੇ ਕੋਲੇ ਲਿਖਤੀ ਰਿਕਾਰਡ ਹੋਵੇ ਠੀਕ ਹੈ ਇਸ ਕਰਕੇ ਕੀ ਇਹ ਮਿਥਿਹਾਸਿਕ ਹਵਾਲੇ ਦਿੱਤੇ ਆ ਵੀ ਮਿੱਥੇ ਵੇ ਇਤਿਹਾਸ ਦੇ ਜਿਵੇਂ ਚੰਡੀ ਦੀ ਵਾਰ Hindu ਪૌਰਾਣਿਕ ਗ੍ਰੰਥ ਮਾਰਕੰਡੇ ਉੱਤੇ ਆਧਾਰਿਤ ਹੈ ਉਹਦੇ ਵਿੱਚੋਂ ਲਈ ਗਈ ਹੈ Hindu ਪੌਰਾਣਿਕ ਗ੍ਰੰਥ ਮਾਰਕੰਡੇ ਦੇ ਵਿੱਚੋਂ ਕਿਹੜੇ ਕਾંડ ਦੇ ਵਿੱਚੋਂ ਦੁਰਗਾ ਸੱਤ ਸ਼ਤੀ ਦੁਰਗਾ ਸੱਤ ਸ਼ਤੀ ਕਾંડ ਹੈ ਜਿਹਦੇ ਵਿੱਚ ਜਿਹਦੇ ਆਧਾਰ ਤੇ ਕੀ ਹੈ ਇਹ ਜਿਹੜੀ ਇਹ ਰਚਨਾ ਚੰਡੀ ਦੀ ਵਾਰ ਉਹਨਾਂ ਨੇ ਕੀਤੀ ਹੈ ਤੇ ਇਸੇ ਕਾਰਨ ਇਸ ਵਾਰ ਵਿੱਚ ਇਤਿਹਾਸਿਕ ਤੇ ਮਿਥਿਹਾਸਿਕ ਹਵਾਲੇ ਮਿਲਦੇ ਆ ਤੇ ਇਹਨਾਂ ਦਾ ਵਰਣਨ ਦੇਖੋ ਇਸ ਤਰ੍ਹਾਂ ਠੀਕ ਹੈ ਜਿਵੇਂ ਮੈਂ ਪੁਆਇੰਟ ਲਿਖਿਆ ਹੈ ਹੈਡਿੰਗ ਤੇ ਨਾਲ ਤੁਹਾਨੂੰ ਐਕਸਪਲੇਨ ਕਰੀ ਜਾਊਂਗੀ ਜਿਵੇਂ ਬ੍ਰਹਮਾ ਆਉਂਦਾ ਹੈ ਇਹਦੇ ਵਿੱਚ ਬ੍ਰਹਮਾ ਦਾ ਨਾਮ ਤੇ ਬ੍ਰਹਮਾ ਜਿਹੜਾ ਉਹਨੂੰ ਸ੍ਰਿਸ਼ਟੀ ਦਾ ਰਚਨਹਾਰਾ ਮੰਨਿਆ ਗਿਆ ਇਸ ਕਰਕੇ ਇਹਨਾਂ ਨੇ ਬ੍ਰਹਮਾ ਦਾ ਨਾਮ ਲਿਖਿਆ ਤੇ ਵਿਸ਼ਨ ਵਿਸ਼ਨ ਤੋਂ ਭਾਵ ਕੀ ਹੈਗਾ বিষ্ণੂ ਦੇਵਤਾ ਤੋਂ ਲਿਆ ਗਿਆ ਜਿਹੜਾ ਕਿ ਕਹਿੰਦੇ ਸੰਸਾਰ ਦੀ ਪਾਲਣਾ ਕਰਦਾ ਫਿਰ ਉਹਨਾਂ ਨੇ ਮਹੇਸ਼ ਸ਼ਬਦ ਵਰਤਿਆ ਇਹਨੂੰ ਪੁਰਾਣਾ ਵਿੱਚ ਮੌਤ ਦਾ ਦੇਵਤਾ ਮੰਨਿਆ ਗਿਆ ਪਾਰਵਤੀ ਦਾ ਪਤੀ ਹੈ ਤੇ ਬੈਲ ਦੀ ਸਵਾਰੀ ਕਰਦਾ ਹੈ ਇਹ ਠੀਕ ਹੈ ਰਾਮ ਬਾਰੇ ਸਾਰੇ ਜਾਣਦੇ ਹੋ ਵੈਸੇ ਤਾਂ ਅਯੁੱਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਸੀ ਇਹ ਸ਼੍ਰੀ ਰਾਮਚੰਦਰ ਜੀ ਵੱਡੇ ਪੁੱਤਰ ਤੇ ਜਿਨ੍ਹਾਂ ਨੂੰ ਇਹਨਾਂ ਦੀ ਮਤਰੀਏ ਮਾਣੇ 14 ਸਾਲਾਂ ਦਾ ਬਨਵਾਸ ਦੇ ਕੇ ਕਰੋ ਪੇਜਤਾ ਸੀਗਾ ਤੇ ਬਨਵਾਸ ਦੇ ਵਿੱਚ ਇਹਨਾਂ ਨੇ ਵੀ ਬਹੁਤ ਸਾਰੇ ਦੂਰਾਚਾਰੀਆਂ ਦਾ ਅੰਤ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਸੀਗਾ ਦੈਸਰ ਠੀਕ ਹੈ ਦੈਸਰ ਕੌਣ ਹੈ 10 ਸਿਰਾਂ ਵਾਲਾ ਰਾਵਣ ਠੀਕ ਹੈ ਰਾਵਣ ਦਾ ਵੀ ਜ਼ਿਕਰ ਇਹਦੇ ਵਿੱਚ ਆਇਆ ਤਾਂ ਇਹ ਸ਼੍ਰੀ ਰਾਮਚੰਦਰ ਜੀ ਦੀ ਪਤਨੀ ਦਾ ਇਹਨੇ ਹરણ ਕਰ ਲਿਆ ਸੀਗਾ ਤੇ ਇਸ ਕਰਕੇ ਅੰਤ ਵਿੱਚ ਲੜਾਈ ਦੇ ਵਿੱਚ ਇਹ ਮਾਰਿਆ ਗਿਆ ਸੀ ਤੇ ਕ੍ਰਿਸ਼ਨ ਕ੍ਰਿਸ਼ਨੋਂ ਦਾਗਾ ਇਹਨੂੰ ਵਿਸ਼ਨੂੰ ਦਾ 8ਵਾਂ અવਤਾਰ ਮੰਨਿਆ ਗਿਆ ਤੇ ਹੋਰ ਵੀ ਕਈ ਨਾਵਾਂ ਦੇ ਨਾਲ ਪ੍ਰਚਲਿਤ ਹੈ ਕ੍ਰਿਸ਼ਨ ਠੀਕ ਹੈ ਤੇ ਕੰਸ ਕਾਂਸ ਕਹਿੰਦੇ ਵੀ ਮਥਰਾ ਦਾ ਰਾਜਾ ਸੀ ਕ੍ਰਿਸ਼ਨ ਦਾ ਮਾਮਾ ਸੀਗਾ ਇਹ ਠੀਕ ਹੈ ਜਿਹੜਾ ਕਿ ਕ੍ਰਿਸ਼ਨ ਦੇ ਹੱਥੋਂ ਮਾਰਿਆ ਗਿਆ ਸੀ ਕ੍ਰਿਸ਼ਨ ਜੀ ਨੇ ਇਸ ਦਾ ਵਦ ਕੀਤਾ ਸੀਗਾ ਅੱਗੇ ਆਗੇ ਕਲ ਤੇ ਨਾਰਦ ਕਲ ਕਲ ਦਾ ਮਤਲਬ ਹੁੰਦਾ ਕਲੈ ਜਨੀ ਕਲੇਸ਼ ਠੀਕ ਹੈ ਕਲੇਸ਼ ਲੜਾਈ ਝਗੜਾ ਤੇ ਨਾਰਦ ਨਾਰਦ ਨੂੰ ਵੀ ਇਹੀ ਕਿਹਾ ਗਿਆ ਨਾ ਵੀ ਉਹ ਕਦੇ ਇੱਧਰ ਲੀਆਂ ਗੱਲਾਂ ਉਧਰ ਤੇ ਉਧਰ ਲੀਆਂ ਉਧਰ ਕਰਦਾ ਇਸ ਕਰਕੇ ਇਹ ਵੀ ਇੱਕ ਮਤਲਬ ਇੱਧਰ ਉੱਧਰ ਨਹੀਂ ਗੱਲਾਂ ਕਰਕੇ ਝਗੜੇ ਪੈਦਾ ਕਰਦਾ ਸੀ ਇਸ ਕਰਕੇ ਕਲ ਤੇ ਨਾਰਦ ਦਾ ਜ਼ਿਕਰ ਵੀ ਇਹਨਾਂ ਨੇ ਇਹਦੇ ਵਿੱਚ ਕੀਤਾ ਤੇ ਦੈਂਤਾਂ ਜਿਹੜੇ ਦੈਂਤਾਂ ਦੇ ਕਈ ਦੈਂਤਾਂ ਦਾ ਨਾਮ ਇਹਨਾਂ ਨੇ ਵਿੱਚ ਲਿਖਿਆ ਜਿਵੇਂ ਦੇਖੋ ਮਹਿਕਾਸੁਰ ਦਾ ਨਾਮ ਆਇਆ ਠੀਕ ਹੈ ਉਹਦਾ ਜ਼ਿਕਰ ਹੈ ਕਹਿੰਦੇ ਉਹਦਾ ਛੋਟੇ ਜਿੱਡਾ ਸਿਰ ਸੀਗਾ ਤੇ ਫਿਰ ਲੋਚਨ ਧੂਮ ਦੈਂਤ ਸੀਗਾ ਇੱਕ ਜਿਹੜਾ ਬਹੁਤ ਹੀ ਕਰੋਧੀ ਸੀ ਜਦੋਂ ਉਹਨੂੰ ਕ્રોਧ ਆਉਂਦਾ ਤਾਂ ਉਹ ਲੋਚਨ ਧੂਮ ਦੇਖੋ ਲੋਚਨ ਕੀ ਹੁੰਦਾ ਅੱਖਾਂ ਠੀਕ ਹੈ ਧੂਮ ਦੇ ਵਿੱਚ ਕਾਲੇ ਧੂਏ ਵਰਗੀਆਂ ਉਹਦੀਆਂ ਅੱਖਾਂ ਸੀ ਜਿਹੜੀਆਂ ਉਹ ਕਾਲੇ ਧੂਏ ਵਰਗੀਆਂ ਹੋ ਜਾਂਦੀਆਂ ਸੀ ਤਾਂ ਕਰਕੇ ਉਹਦਾ ਨਾਮ ਲੋਚਨ ਧੂਮ ਸੀਗਾ ਠੀਕ ਹੈ ਤੇ ਉਹ ਉਹ ਵੀ ਲੜਾਈ ਦੇ ਵਿੱਚ ਆਇਆ ਚੰਡ ਤੇ ਮੁੰਡ ਦੋ ਦੰਤ ਭਰਾ ਸੀਗੇ ਠੀਕ ਹੈ ਜਿਹੜੇ ਸੁੰਭ ਦੀ ਫੌਜ ਦੇ ਸੈਨਾਪਤੀ ਸੀ ਤੇ ਇਸ ਤਰ੍ਹਾਂ ਹੋਰ ਵੀ ਕਈ ਜਿਵੇਂ ਬੀਜ ਰਕਤ ਬੀਜ ਦਾ ਆਇਆ ਵੀ ਕਹਿੰਦੇ ਜਿੱਥੇ-ਜਿੱਥੇ ਉਹਦੇ ਖੂਨ ਦਾ ਬੀਜ ਡਿੱਗਦਾ ਸੀ ਰਕਤ ਬੀਜ ਉਨੇ ਹੀ ਹੋਰ ਖੜੇ ਹੋ ਹੀ ਜਾਂਦੇ ਸੀ ਨਾਲ-ਨਾਲ ਇਸ ਤਰ੍ਹਾਂ ਦਾਇੰਤ ਮਿਥਿਹਾਸ ਆ ਜਾਨੀ ਇਹ ਇਹ ਜਿਹੇ ਹਵਾਲੇ ਦਿੱਤੇ ਉਹਨਾਂ ਨੇ ਚੰਡੀ ਦੀ ਵਾਰ ਦੇ ਵਿੱਚ ਇਸ ਤੋਂ ਬਿਨਾ ਆ ਗਈ ਚੰਡੀ ਦੀ ਵਾਰ ਵਿੱਚਲੀ ਰਸ ਯੋਜਨਾ ਰਸ ਯੋਜਨਾ ਕੀ ਹੈ ਆਮ ਤੌਰ ਤੇ ਤਾਂ ਹਰ ਵਾਰ ਦੇ ਵਿੱਚ ਠੀਕ ਹੈ ਵੀਰ ਰਸ ਹੀ ਰਚਨਾ ਹੁੰਦੀ ਹੈ ਵੀਰ ਰਸ ਜੋ ਵਰਤਿਆ ਜਾਂਦਾ ਜ਼ਿਆਦਾ ਪਰ ਚੰਡੀ ਦੀ ਵਾਰ ਦੇ ਵਿੱਚ ਵੀਰ ਰਸ ਤੋਂ ਇਲਾਵਾ ਸ਼ਿੰਗਾਰ ਰਸ 카ਰੁਣਾ ਰਸ ਰੋਦਰ ਰਸ ਹਾਸ ਰਸ ਪੈਰ ਰਸ ਵਿਪਤਸ ਰਸ ਸਾਰੇ ਤਰ੍ਹਾਂ ਦੇ ਰਸ ਆ ਜਿਹੜੇ ਉਹ ਵਰਤੇ ਗਏ ਆ ਸਭ ਤੋਂ ਪਹਿਲਾਂ ਆ ਗਿਆ ਵੀਰ ਰਸ ਦੇਖੋ ਵੀਰ ਰਸ ਦੀ ਵਾਰ ਤੋਂ ਜਿਹੜੀ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦੇ ਵਰਣਨ ਦੇ ਵਿੱਚ ਕੀਤੀ ਹੈ ਤਾਂ ਇਹਦੇ ਮੈਂ ਇੱਥੇ ਉਦਾਹਰਣ ਲਿਖੀ ਆ ਦੇਖੋ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚੰਡੀ ਦੀ ਵਾਰ ਦੇ ਵਿੱਚ ਲਿਖੀ ਹੋਈ ਹੈ ਵਜਨ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਕੰਬਾਰੇ ਆਮੋ ਸਾਹਮਣੇ ਅਗਵਤ ਵੀਰ ਸੰਘਾਰੇ ਲਗਦੀ ਕੈਂਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਤਾਂ ਇਹ ਵੀਰ ਰਸ ਦੀ ਉਦਾਹਰਣ ਹੈ ਇਸ ਤੋਂ ਅੱਗੇ ਹੈਗੀ ਸ਼ਿੰਗਾਰ ਰਸ ਸ਼ਿੰਗਾਰ ਰਸ ਦੇ ਵਿੱਚ ਵੀ ਮਤਲਬ ਇਹ ਵੀ ਮਿਲਦਾ ਚੰਡੀ ਦੀ ਵਾਰ ਦੇ ਵਿੱਚ ਹੁਰਾਂ ਸ਼ਰਨਵਤ ਬੀਜ ਨੂੰ ਕਤ ਘੇਰ ਖਲੋਈਆਂ ਠੀਕ ਹੈ ਇਹ ਦਿੱਤੀ ਗਈ ਹੈ ਇਹ ਸ਼ਿੰਗਾਰ ਰਸ ਦੀ ਵਰਤੋਂ ਆ ਫਿਰ ਹਾਸ ਰਸ ਆ ਗਿਆ ਹਾਸ ਰਸ ਦੇ ਵਿੱਚ ਜਿਵੇਂ ਧੂੜ ਲਵੇਟੇ ਧੂਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮੂੰਹ ਝਾਪਣ ਵਾਲੇ ਤਾਏ ਦੇਵੀ ਸਾਹਮਣੇ ਬੀਰ ਮੁੱਛੀ ਵਾਲੇ ਠੀਕ ਹੈ ਇੱਥੇ ਕੀ ਆ ਹਾਸ ਆ ਰਿਹਾ ਨਾ ਵੀ ਉਖਲੀਆਂ ਵਰਗੀਆਂ ਉਹਨਾਂ ਦੀਆਂ ਨਾਸਾਂ ਨੇ ਤੇ ਵੱਡੇ ਵੱਡੇ ਆਲਿਆਂ ਵਰਗੇ ਮੂੰਹ ਆ ਠੀਕ ਹੈ ਵੱਡੀਆਂ ਵੱਡੀਆਂ ਮੁੱਛਾਂ ਬਲਗੀਆਂ ਆਂ ਤੇ ਇਸ ਤਰ੍ਹਾਂ ਉਹਨਾਂ ਨੇ ਹਾਸ ਰਸ ਦੀ ਰਸ ਦੀ ਵਰਤੋਂ ਕੀਤੀ ਹੈ ਤੇ ਰਸਾਂ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿਉਂਕਿ ਇੱਥੇ ਤਾਂ ਮੈਂ ਸਿਰਫ ਤੁਹਾਨੂੰ ਐਗਜ਼ਾਮਪਲ ਹੀ ਪੜ੍ਹਾ ਰਹੀ ਆਂ ਪਰ ਰਸ ਦੇ ਉੱਤੇ ਮੈਂ ਇੱਕ ਸਪੈਸ਼ਲ ਵੀਡੀਓ ਬਣਾਈ ਹੋਈ ਹੈ ਜਿਹਦੇ ਵਿੱਚ ਕੀ ਹੈ ਮੈਂ ਹਰ ਰਸ ਦੀ ਪਹਿਚਾਨ ਦੱਸੀ ਹੈ ਵੀ ਆਪਾਂ ਕਿਵੇਂ ਪਹਿਚਾਨ ਕਰ ਸਕਦੇ ਆਂ ਵੀ ਇੱਥੇ ਇਹ ਰਸ ਵਰਤਿਆ ਗਿਆ ਇਸ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਠੀਕ ਹੈ ਉਹਦਾ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੀ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਹੈਗਾ 카ਰੁਨਾਰਸ 카ਰੁਨਾਰਸ ਦੀ ਉਦਾਹਰਨ ਵੀ ਕਿਸੇ ਹਰ ਇੱਕ ਜਾਨੀ ਕਿਸੇ ਵੀ ਵਾਰ ਦੇ ਵਿੱਚੋਂ ਲੱਭਣਾ ਬਹੁਤ ਔਖਾ ਕੰਮ ਹੁੰਦਾ ਪਰੰਤੂ ਚੰਡੀ ਦੀ ਵਾਰ ਦੇ ਵਿੱਚ ਜਿਹੜੀ ਕਾਰਨਾ ਰਸ ਦੀ ਛਲਕ ਹੈ ਉਹ ਵੀ ਵੇਖਣ ਨੂੰ ਮਿਲਦੀ ਹੈ ਅੱਗੇ ਆ ਗਿਆ ਸਾਡੇ ਕੋਲੇ ਰੌਦਰ ਰਸ ਇਹਦੇ ਵਿੱਚ ਦੇਖੋ ਰੌਦਰ ਰਸ ਦੀ ਉਦਾਹਰਨ ਜਿਹੜੀ ਸਾਨੂੰ ਮਿਲਦੀ ਹੈ ਉਹ ਰੋਸ ਸਿਧਾਈਆਂ ਚੱਕਰਪਾਣ ਕਰਨੰਦਾ ਖੜਗ ਉਠਾਏ ਕੇ ਅੱਗੇ ਰਾਖਸ਼ ਬੈਠੇ ਰੋਹਲੇ ਤੀਰੀ ਤੇਗੀ ਸ਼ੈਮਰ ਲਾਇ ਕੇ ਠੀਕ ਹੈ ਇਹ ਰੌਦਰ ਰਸ ਦੀ ਉਦਾਹਰਨ ਹੈ ਅੱਗੇ ਆ ਗਿਆ ਵਿਪਤਸ ਰਸ ਜਿਵੇਂ ਦੇਖੋ ਪੇਟ ਮਲੰਦੇ ਲਾਈ ਮਹਿੱਕੇ ਦੈਂਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਚੋਟੀ ਜਾਨ ਖਾਈ ਤਾਰੇ ਧੂਮਕੇ ਤੇ ਇਸ ਤਰ੍ਹਾਂ ਕੀ ਇਹਦੇ ਵਿੱਚ ਵੀ ਭੱਤਸਰਸ ਦੀ ਵਾਰ ਤੋਂ ਕੀਤੀ ਗਈ ਹੈ ਤੇ ਭੈਰਸ ਦੀ ਵਾਰ ਤੋਂ ਵੀ ਆਉਂਦੀ ਹੈ ਇਹਦੇ ਵਿੱਚ ਉਹਦੇ ਵਿੱਚ ਕੀ ਹੈ ਜਿਵੇਂ ਚਿਹਰੇ ਤੇ ਹਵਾਈਆਂ ਉੱਡਣਾ ਮੂਰਸ਼ਾ ਜਾਂ ਪਸੀਨਾ ਆਉਣਾ ਜਾਂ ਕੰਬਣਾ ਰੋਂਗ ਤੇ ਖੜੇ ਹੋਣਾ ਇਹ ਜਿਹੜਾ ਅਨੁਭਵ ਹੈ ਉਹ ਵੀ ਚੰਡੀ ਦੀ ਵਾਰ ਦੇ ਵਿੱਚ ਮਿਲਦੇ ਆ ਠੀਕ ਹੈ ਇਸ ਕਰਕੇ ਸਾਰੀਆਂ ਰਸਾਂ ਦੀਆਂ ਵਾਰਤੋਂ ਆ ਜਿਹੜੀ ਉਹ ਚੰਡੀ ਦੀ ਵਾਰ ਦੇ ਵਿੱਚ ਕੀਤੀ ਗਈ ਹੈ ਤੇ ਚੰਡੀ ਦੀ ਵਾਰ ਦੇ ਕੁੱਲ ਬੰਦ ਜਿਹੜੇ ਉਹ 55 ਠੀਕ ਹੈ ਜਿਦੇ ਵਿੱਚ ਉਹ 54 ਪੌੜੀਆਂ ਤੇ ਇੱਕ ਦੋਰਾ 55 ਬੰਦ ਹੈ ਕੁੱਲ ਤੇ ਮੁੱਖ ਛੰਦ ਜਿਹੜੇ ਵਰਤੇ ਗਏ ਆ ਉਹ ਸਿਰਖੰਡੀ ਤੇ ਨਿਸ਼ਾਨੀ ਦੋ ਛੰਦ ਵਰਤੇ ਗਏ ਆ ਸਿਰਖੰਡੀ ਛੰਦ ਦੇ ਵਿੱਚ 31 ਪੌੜੀਆਂ ਤੇ ਨਿਸ਼ਾਨੀ ਛੰਦ ਦੇ ਵਿੱਚ 24 ਪੌੜੀਆਂ ਆਉਂਦੀਆਂ ਇਹਨਾਂ ਦੀਆਂ ਇਹ ਸੀ ਸਾਡੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਦੀ ਰਚਨਾ ਬਾਰੇ ਭਰਪੂਰ ਜਾਣਕਾਰੀ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਧ ਜਾਣਕਾਰੀ ਤੁਹਾਨੂੰ ਨਹੀਂ ਕਿਤੇ ਹੋਰ ਮਿਲੇਗੀ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ